ਤੇਰੇ ਉਹ ਛੱਲੇ ਦੇ ਯਾਰ ਬਥੇਰੇ ਬੇਬੇ ਹੁਣ ਇਹਨਾਂ ਚੋਂ ਕਰਦੇ ਤਾਂ ਨੀ ਕੋਈ ਤੌਲੇ ਕਰਾਉਣ ਜਾਂਦੀ ਹੈ
ਛੱਲਾ ਭਰਵਾ ਇੱਕ ਬਾਣੀ ਚ ਖੂਬਸੂਰਤ ਲਾਈਨ ਆਉਂਦੀ ਆ ਕਿ ਲਿਖਿਆ ਕਿ ਖਸਮ ਸਾਰੇ ਤੇ ਕਮਜ਼ਾਰ ਖਸਮ ਸਾਰੇ ਤੇ ਕਮਜ਼ਾਰ ਸਾਡੇ ਦੁਨਿਆਵੀ ਰਿਸ਼ਤੇ ਦੇ ਵਿੱਚ ਜੇ ਪਤਨੀ ਪਤਨੀ ਦੋਨਾਂ ਦੇ ਰਿਸ਼ਤੇ 'ਚ ਦਰਾਰ ਪੈ ਗਈ ਤਾਂ ਤਲਾਕ ਹੁੰਦਾ ਹੈ ਤਲਾਕ ਹੁੰਦਾ ਹੈ ਇਸੇ ਕਰਕੇ ਉਧਰਲਾ ਵੀ ਕਹਿੰਦਾ ਕਹਿੰਦਾ ਜੇ ਇੱਕੋ ਖਸਮ ਛੱਡ ਕੇ ਇੱਥੋਂ ਵਾਲਿਆਂ ਨੂੰ ਮੱਥੇ ਟੇਕਦੀ ਫਿਰੇਗੀ ਤਾਂ ਉਹੀ ਸਮਝੀ ਕਿ ਖਸਮ ਵਸਾਰਤਾ ਤੇ ਕਮਜ਼ਾਤ ਹੈ ਕਮਜ਼ਾਤ ਹੈ ਇਸ ਕਰਕੇ ਜੇ ਮੱਥਾ ਟੇਕਣਾ ਹੈ ਬੰਦੇ ਬਾਨਾ ਦੇ ਕਰਮ ਬੰਦੇ ਦਾ ਇੱਕੋ ਹੀ ਆ ਕਿ ਮੱਥਾ ਉਹਨੂੰ ਟੇਕੀ ਜਿਹੜਾ ਤੇਰੇ ਅੰਦਰ ਵਸਦਾ ਹੈ ਜਿਹੜਾ ਤੇਰੇ ਅੰਦਰ ਵਸਦਾ ਹੈ ਇਸੇ ਕਰਕੇ ਖਸਮ ਸਾਰਿਆਂ ਦਾ ਇੱਕੋ ਹੈ ਔਰ ਉਸੇ ਨੂੰ ਮੱਥਾ ਟੇਕਣਾ ਪੜਦਾ ਤਾਂ ਉਹ ਕਹਿੰਦਾ ਮੈਂ ਉਛਲ ਭਰਮ ਦੇ ਘੇਰੇ ਉਛਲ ਭਰਮ ਦੇ ਘੇਰੇ ਉਛਲ ਭਰਮ ਦੇ ਘੇਰੇ ਓਏ ਬਿਸਤੇ ਚਾਰ ਚੁਫੇਰੇ ਓਏ ਨਾ ਵਸ ਤੇਰੇ ਨਾ ਮੇਰੇ ਨਾ ਵਸ ਤੇਰੇ ਨਾ ਮੇਰੇ ਵੇ ਛੱਲਿਆ ਕਰ ਲੈ ਨਬੇੜੇ ਵੇ ਪੈ ਜਾ ਬਾਬਿਆਂ ਦੇ ਤੇਰੇ ਤੂੰ ਬੇਟਾ ਕੋਈ ਮੇਰੇ
भी सजना खेल नहीं है इश्क भी सजना खेल नहीं है इश्क भी सजना नहीं है ये तुम बेटा कोई लाओ जाए राम बैठे सा ये सारा एको तो भरा है बंदा एको ही है हाय ये सारा ही एको है मेरे ख्याल सारा ही एको टप्परा है और जेडे लोग समझे हैं ना कि सारा एको परिवार है ਉਹਨਾਂ ਦੇ ਅੰਦਰ ਅੱਜ ਵੀ ਸਤਜੋਗ ਹੈ ਉਹਨਾਂ ਦੇ ਅੰਦਰ ਗੁਰੂ ਦਾ ਵਾਸ ਹੈ ਔਰ ਜਿਨ੍ਹਾਂ ਨੂੰ ਲੱਗਦਾ ਨਾ ਕਿ ਆ ਸਿੱਖ ਆਇਆ ਹਿੰਦੂ ਆ ਮੁਸਲਮਾਨ ਪਾਪੀ ਲੋਕ ਹੈ ਪਾਪੀ ਲੋਕ ਆ ਉਹ ਜਿਨ੍ਹਾਂ ਨੇ ਦੁਕਾਨਾਂ ਖੋਲ ਕੇ ਧਰਮ ਦੇ ਨਾਮ ਤੇ ਲੋਕਾਂ ਨੂੰ ਲੁੱਟਿਆ ਬੰਦੇ ਦੀ ਕੋਈ ਜ਼ਾਤ ਥੋੜੀ ਹੈ ਬੰਦਾ ਤਾਂ ਬੰਦਾ ਹੈ ਔਰ ਸਾਰਿਆਂ 'ਚ ਹੀ ਰੱਬ ਵਸਦਾ ਹੈ ਰੱਬ ਸਾਰਿਆਂ 'ਚ ਹੀ ਵਸਦਾ ਹੈ ਜਿਨ੍ਹਾਂ ਨੂੰ ਇੰਨੀ ਗੱਲ ਯਾਦ ਹੈ ਉਹਨਾਂ ਦਾ ਭਲਾ ਹੀ ਭਲਾ ਹੈ ਕਿਉਂ ਨਹੀਂ ਭਲੇ ये तुम बेटा कोई मेल नहीं है इश्क भी सजना खेल नहीं है इश्क भी सजना खेल नहीं है इश्क भी सजना खेल नहीं है इश्क भी सजना नहीं है जिस जीवे विच प्रेम नहीं है जिस जीवे विच मेल नहीं है और दीवे बारे गल कह लगा मैं सारी दुनिया लाउंदी है चिराग लाउंदी है और लाउणे भी चाहिए है पर याद रखो मां मेरी जो जिस वेले दीवा लाउण लगदी हो एक ज्योति प्रचंड हुंदी है तां उहनूं देख के एक गल याद आउंदी है उहनूं देख के की याद करना है उह कहिंदा उमर बीत चली दीवे जगाउंदिआं दी मन एके आपे ला ला दीवा गल ध्यान ना सुन लिया उम्र बीत चली दीवे जगाउंदिआं दी ते मन एके आपे ला ला दीवा इस बार ले दीवे नू ओट दी लोड़ पैंदी हवा चले ते दिंदी बुझा दीवा रमज दीवे दी बंदा ना समझ सकिया जो कुछ बंदे नू रिहा समझा दीवा ਮੈਨੂੰ ਲੱਗਦਾ ਧਰਮ ਸਿਆ ਆਖਦਾ ਏ ਅੰਦਰ ਲਾ ਕਦੇ ਜਗਾ ਦੀਵਾ ਅੰਦਰ ਲਾ ਕਦੇ ਜਗਾ ਦੀਵਾ ਅੰਦਰ ਲਾ ਕਦੇ ਜਗਾ ਦੀਵਾ ਜਿਸ ਜੀਵੇ ਵਿੱਚ ਪੇ ਨਹੀਂ ਜਿਸ ਜੀਵੇ ਵਿੱਚ ਪੇ ਨਹੀਂ ਨਾ ਜਗਿਆ ਨਾ ਜਗਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸਰੀਰਾ ਯਾਰ ਬੰਦੇ ਦਾ ਹੱਥ ਖੜੇ ਕਰਕੇ ਵਿਖਾ ਦੇ ਤਾੜੀ ਮਾਰੇ ਕਰੇ ਤੇ ਮੈਂ ਗਾਉਂਦਾ ਗਾਉਂਦਾ 40 ਕਿਲੋ ਦਾ ਰਹਿ ਗਿਆ ਕਿਆ ਸਰੀਰ ਆ ਜਿਹਨਾਂ ਨੇ ਖਰਾਕਾਂ ਖਾਧੀਆਂ ਕੀ ਖਾਣਾ ਭਰਾਵਾ ਮੈਨੂੰ ਵੀ ਦੱਸ ਦੇ ਦਾਲ ਰੋਟੀ ਆ ਕਿਆ ਬਾਤ ਆ ਯਾਰ ਬਹੁਤ ਵਧੀਆ ਵੇ ਮੇਰੇ ਪਰਦੇ ਕੱਚਦਾ ਵੇ ਗੱਲ ਸੁਣ ਛੱਲਿਆ ਹਰ ਕੇ ਵੇਲੇ ਜਾ ਝੋਲੀਆਂ ਭਰ ਕੇ ਝੋਲੀਆਂ ਭਰ ਕੇ ਓ ਲੈ ਜਾ ਝੋਲੀਆਂ
ਗਾਉਣੇ ਆ ਪੈਰਾਂ ਦੇ ਵਿੱਚ ਬੰਨ ਲੈ ਘੁੰਗਰੂ ਤੇ ਕੰਨੀ ਮੁੰਦਰਾ ਪਾਈਆਂ ਤੇਰਾ ਇਸ਼ਕ ਨਚਾਉਂਦਾ ਏ ਵੇ ਮੈਂ ਤਾਂ ਨੱਚਦੀਆਂ ਸਾਈਆਂ ਤੇਰਾ ਇਸ਼ਕ ਨਚਾਉਂਦਾ ਏ ਪੇਸ਼ ਕਰਨ ਲੱਗਿਆ ਯਾਰ ਚਾਹ ਪਿਉਣਾ ਹੈ ਕਿ ਪਾਣੀ ਪਿਉਣਾ ਹੈ ਸੋਹਣੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਗਾਵੀਏ ਸੁਣੀਏ ਮਨ ਰੱਖੀਏ ਪਾਓ ਜਿਨ੍ਹਾਂ ਨੂੰ ਇਸ ਮਿਊਜ਼ਿਕ ਚੋਂ ਇਸ ਤੂੰਬੇ ਦੀ ਤਾਰ ਚੋਂ ਇਸ ਬੀਨ ਚੋਂ ਆਪਣੇ ਆਪ ਨੂੰ ਜੋੜਨਾ ਆ ਗਿਆ ਤਾਂ ਉਹ ਸਤਸੰਗੀ ਹੈ ਉਹ ਸਤਸੰਗੀ ਹੈ ਬੋਲਾਂ ਤੱਕ ਜਾਣ ਦੀ ਲੋੜ ਹੀ ਨਹੀਂ ਇਕੱਲਾ ਆ ਤਾਰ ਹੀ ਆ ਜਿਹੜੀ ਤੂੰਬਾ ਨਹੀਂ ਵੱਜਦਾ ਤਾਰ ਬਣਾ ਐਵੇਂ ਨਹੀਂ ਗਾਉਂਦਾ ਮੈਂ ਇਸ ਕਰਕੇ ਜਿਨ੍ਹਾਂ ਨੂੰ ਇਹਨਾਂ ਸਾਜਾਂ ਦਾ ਆਨੰਦ ਮੰਨਣਾ ਆਉਂਦਾ ਉਹਨਾਂ ਨੂੰ ਬੋਲਾਂ ਦੀ ਲੋੜ ਹੀ ਨਹੀਂ ਹੈ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਬਹਿ ਜਾਓ ਇਹ ਸਿਮਰ ਨਹੀਂ ਹੈ ਇਹ ਖਾੜਾ ਨਹੀਂ ਹੈ ਉਹਦੀ ਗੱਲ ਹੈ ਦੂਜੀ ਗੱਲ ਹੀ ਕੋਈ ਨਹੀਂ ਹੈ ਦੂਜੀ ਗੱਲ ਹੀ ਕੋਈ ਨਹੀਂ ਕਿਉਂਕਿ ਜਦੋਂ ਸ਼ੁਰੂ ਕਰਨਾ ਤਦ ਦੀਆਂ ਮੇਰੀਆਂ ਮਾਵਾਂ ਤਦ ਦੀਆਂ ਭੈਣਾਂ ਉਹ ਤੋਂ ਬਾਅਦ ਤੀਜਾ ਰਿਸ਼ਤਾ ਹੀ ਕੋਈ ਨਹੀਂ ਤੇ ਗੱਲ ਉਹਦੀ ਹੋਵੇ ਤਾਂ ਫਿਰ ਕਿਆ ਮਸਤੀ ਦਾ ਆਲਮ ਹੈ ਔਰ ਛੋਟੀਆਂ ਛੋਟੀਆਂ ਬੇਬੇ ਨਾਲ ਮਸ਼ਕਰੀਆਂ ਕਿ ਸੱਸ ਹੋਵੇ ਤਾਂ ਚੰਗੀ ਹੋਵੇ ਵੇ ਨਛੱਤਰਾ ਸੱਸ ਕੁੱਟਣੀ ਵੇ ਸੱਸ ਕੁੱਟਣੀ ਸੰਦੂਕ ਖੋਲੇ ਹੈ ਤਾਂ ਇਸ ਕਰਕੇ ਆਹੀ ਛੋਟੇ ਛੋਟੇ ਟੋਟਕੇ ਜੇ ਹੈ ਰੁਪਈਆ ਪਹਿਲਾਂ ਰੱਜ ਕੇ 2 ਲੱਖ ਲੈ ਲਓ ਤੇ ਫਿਰ 100-100 ਕਰਕੇ ਵੰਡ ਦਿਓ ਕਿੰਨਾ ਵਧੀਆ ਕੰਮ ਚੱਲਿਆ ਸਾਡੇ ਵਰਗਿਆਂ ਦਾ ਕਿ 100 ਰੁਪਈਆ ਉਹ ਤੋਂ ਫੜ ਕੇ ਉੱਧਰ ਦਿੱਤਾ ਉਹ ਫੜ ਕੇ ਉੱਧਰ ਦਿੱਤਾ ਪਰ ਪਿੱਛੇ 2 ਲੱਖ ਪਹਿਲਾਂ ਪਵਾ ਲਿਆ ਤੇ ਵਿੱਚ ਕਈ ਭੋਲੇ ਕਹਿੰਦੇ ਹੋਣਗੇ ਕਿਆ ਬਾਤ ਹੈ ਯਾਰ ਬੰਦੇ ਦਾ ਮਾਇਆ ਨਾ ਕੋਈ ਲਾਗਾ ਹੈ ਆਹੀ ਤਾਂ ਸਮਝ ਨਹੀਂ ਆਉਂਦੀ ਦੁਨੀਆ ਨੂੰ ਆਹੀ ਸਮਝ ਨਹੀਂ ਆਉਂਦੀ ਇਹਨਾਂ ਗੱਲਾਂ ਕਰਕੇ ਬਾਬਿਆਂ ਦੀ ਗਿਣਤੀ ਵੱਧ ਗਈ ਸਾਨੂੰ ਜਣਾ ਖਣ ਲੱਗਦਾ ਜਿਹਨੇ 100 ਰੁਪਈਆ ਪੱਥਾ ਟਕਾ ਕੇ ਕਿਸੇ ਤੋਂ ਹੋਰ ਨੂੰ ਫੜਾਤਾ ਤਾਂ ਉਦੋਂ ਹੀ ਕਹਿ ਦਿੰਦੇ ਅਸੀਂ ਦੇਖ ਭਾਈ ਮਾਇਆ ਨਾਲ ਜਮਾ ਹੀ ਲਾਗਾ ਦੀ ਗੱਲ ਨਹੀਂ ਪਰ ਜਿਹੜੇ ਅੰਦਰ ਮੱਥੇ ਟਿਕਦੇ ਹੈ ਨਾ 51-51 ਹਜ਼ਾਰ ਦੇ ਉਹ ਕਿਸੇ ਉਹ ਦੁਨੀਆ ਤੋਂ ਲੁਕਾਉਣਾਗੇ ਪਰ ਜਿਹੜਾ ਉਹ ਬੈਠਾ ਨਾ ਜਿਹੜਾ ਸਾਰਿਆਂ ਨੂੰ ਦੇਖਦਾ ਹੈ ਆਹੀ ਗੱਲ ਹੈ ਨਾ ਇੱਥੇ ਵੀ ਕਈਆਂ ਦੀ ਬੈਠਣ ਦੀ ਆਸਥਾ ਬਣ ਗਈ ਹੋਊ ਕਿ ਯਾਰ ਉਹ ਤੋਂ ਫੜਦਾ ਉਹਨੂੰ ਫੜਾ ਦਿੰਦਾ ਪਰ ਇਹ ਕੁਛ ਨਹੀਂ ਗੱਲਾਂ 2 ਲੱਖ ਪਹਿਲਾਂ ਲਿਆ 2 ਲੱਖ ਪਹਿਲਾਂ ਇਸ ਕਰਕੇ ਕਹਿੰਦਾ ਕਿ ਸਾਰੇ ਪਰਨੇ ਪੁਰਨੇ ਬੰਨ ਕੇ ਲੋਈਆਂ ਲੈ ਕੇ ਇਹ ਡਰਾਮਾ ਹੀ ਆ ਮੇਰੇ ਵਰਗੇ ਬਹੁਤ ਫਿਰਦੇ ਆ ਪੰਜਾਬ 'ਚ ਇਸ ਕਰਕੇ ਬਚ ਕੇ ਮੋੜ ਦੋ ਅਤੇ ਹਰ ਬੰਦਾ ਰੱਬ ਦੇ ਜਵਾਈ ਵਰਗਾ ਹੈ ਬਚ ਕੇ ਮੋੜ ਦੋ ਅੱਖਾਂ ਵਿੱਚ ਕੇ ਮੈਮਰੀਓ ਯਕੀਨ ਨਹੀਂ ਕਰਨਾ ਕਦੇ ਕਿਸੇ ਸੰਤ ਮਹਾਂਪੁਰਸ਼ ਨੂੰ ਮੱਥਾ ਹੈਗੇ ਨੇ ਬੀਜ ਨਾਸ ਨਹੀਂ ਹੈ ਹੈਗੇ ਅਜੇ ਵੀ ਹੈਗੇ ਪਰ ਪਹਿਲਾਂ ਉਹਨਾਂ ਦੇ ਕਰਮ ਦੇਖੋ ਕਿ ਉਹਨਾਂ ਦਾ ਜ਼ਿੰਦਗੀ 'ਚ ਰਹਿਣਾ ਸਹਿਣਾ ਕਿੱਦਾਂ ਦਾ ਹੈ ਰਹਿਣਾ ਸਹਿਣਾ ਕਿੱਦਾਂ ਦਾ ਉਹਨਾਂ ਦਾ ਸਾਧੂ ਆਪਣੇ ਹੱਥੀ ਕੰਮ ਕਰਦਾ ਤਾਂ ਸਾਧ ਹੈ ਉਹ ਸਾਧ ਨਹੀਂ ਜਿਹੜੇ ਮੰਗ ਕੇ ਖਾਂਦੇ ਆ ਜਿਹੜੇ ਕਹਿ ਦਿੰਦੇ ਕਿ ਕਿਰਪਾ ਕਰ ਦਾਂਗੇ 51 ਹਜ਼ਾਰ ਟੇਕ ਜਾਓ ਉਹ ਸਾਧ ਨਹੀਂ ਹੈ ਸਾਧੂ ਉਹ ਨੇ ਜਿਹੜੇ ਸਿਰਫ ਤੇ ਸਿਰਫ ਤੁਹਾਡੇ ਨਾਲ ਆਤਮਾ ਔਰ ਪ੍ਰਮਾਤਮਾ ਦੀ ਗੱਲ ਕਰਨਗੇ ਕਿ ਬੰਦਿਆ ਤੈਨੂੰ ਯਾਦ ਹੋਣਾ ਚਾਹੀਦਾ ਤੇਰੇ 3 ਸਟੇਸ਼ਨ ਹੈ ਕਿੱਥੋਂ ਆਇਆ ਕੀ ਕਰਨ ਆਇਆ ਤੇ ਫਿਰ ਜਾਣਾ ਕਿੱਥੇ ਹੈ ਜਿਹੜਾ ਸਾਧੂ ਸਾਨੂੰ ਇੰਨੀ ਗੱਲ ਨਹੀਂ ਨਾ ਦੱਸਦਾ ਹੋਰ ਹੀ ਪਾਸੇ ਉਝਾਈ ਰੱਖਦਾ ਕਿ ਟੇਕ ਦਿਓ 11 ਹਜ਼ਾਰ ਕਰਾ ਲਓ ਯੇ ਕਰਾ ਲਓ ਵੋ ਕਿਰਪਾ ਕਰ ਦਾਂਗੇ ਕੰਮ ਚਲਾ ਉਹ ਸਾਧੂ ਨਹੀਂ ਹੈ ਬੀਜੇ ਲਵਾਉਣ ਨਹੀਂ ਆਉਂਦਾ ਸਾਧ ਇੱਥੇ ਸਾਧੂ ਇੱਥੇ ਬੀਜੇ ਲਵਾਉਣ ਜਾਂ ਸਾਡੀਆਂ ਸਿਹਤਾਂ ਠੀਕ ਕਰਨ ਸਾਡੀਆਂ ਕੋਠੀਆਂ ਪਵਾਉਣ ਨਹੀਂ ਆਉਂਦੇ ਉਹਨਾਂ ਦਾ ਕੰਮ ਹੀ ਸਿਰਫ ਇੱਕ ਹੈ ਕਿ ਬੰਦਿਆ ਕਲ ਯੋਗ ਹੈ ਉਲਝਿਆ ਪਿਆ ਤੈਨੂੰ ਰਾਹ ਦੱਸਣਾ ਆਇਆ ਬਸ ਰਾਹ ਇੱਧਰ ਨੂੰ ਜਾਂਦਾ ਜਾਣਾ ਜਾ ਨਹੀਂ ਤੇਰੀ ਮਰਜ਼ੀ ਹੈ ਜੇ ਦੂਜੀ ਗੱਲ ਕਰਦਾ ਤਾਂ ਸਮਝ ਲਿਓ ਦਾਲ ਚ ਕਾਲਾ ਹੈ ਦਾਲ ਚ ਕਾਲਾ ਹੈ ਬਾਣੀ ਪੜ ਲੈਣਾ ਪਰ ਵਿਚਾਰਦਾ ਨਹੀਂ ਬਾਣੀ ਪੜ ਲੈਣਾ ਪਰ ਵਿਚਾਰਦਾ ਨਹੀਂ ਤੇ ਤਾਈਓ ਪਿੱਪਲਾਂ ਨੂੰ ਪਾਣੀ ਵੀ ਪਾਈ ਜਾਂਦਾ ਇੱਥੋਂ ਆ ਮਿਲ ਜੇ ਤੇ ਉੱਥੋਂ ਆ ਮਿਲ ਜੇ ਤੇ ਦਰ ਦਰ ਤੇ ਮੱਥੇ ਰਗੜਾਈ ਜਾਂਦਾ ਮਾਂ ਬਾਪ ਨੂੰ ਪੂਰਾ ਪਛਾਣਦਾ ਨਹੀਂ ਤੇ ਤੇਲ ਪਖੰਡੀਆਂ ਦੇ ਗੋਡਿਆਂ ਨੂੰ ਲਾਈ ਜਾਂਦਾ ਹਾਂ ਬੰਦਿਆ ਸੰਭਲੋ ਏ ਬਾਣੀ ਪੜ ਲੈਣਾ ਪਰ ਵਿਚਾਰਦਾ ਨਹੀਂ ਤਾਈਓ ਪਿੱਪਲਾਂ ਨੂੰ ਪਾਣੀ ਵੀ ਪਾਈ ਜਾਂਦਾ
ਦੇਖੋ ਇੱਕ ਇਨਸਾਨ ਜੜ ਜੂਣ ਨੂੰ ਪਾਣੀ ਪਾਈ ਜਾਂਦਾ ਮੱਥੇ ਟੇਕਦਾ ਫਿਰਦਾ ਹੈ ਇਹ ਕਲਯੁਗ ਨਹੀਂ ਤਾਂ ਹੋਰ ਕੀ ਹੈ ਕਿੱਥੇ ਲਿਖਿਆ ਕਿਸੇ ਗੁਰਬਾਣੀ ਚ ਕਿਸੇ ਕੁਰਾਨ ਚ ਕਿਤੇ ਲਿਖਿਆ ਕਿ ਪਿੱਪਲਾਂ ਨੂੰ ਮੱਥੇ ਟੇਕਿਓ ਕਿਤੇ ਵੀ ਨਹੀਂ ਲਿਖਿਆ ਬਾਣੀ ਪੜ ਲੈਣਾ ਪਰ ਵਿਚਾਰ ਦਾ ਨਹੀਂ ਤਾਈਓ ਪਿੱਪਲਾਂ ਨੂੰ ਪਾਣੀ ਵੀ ਪਾਈ ਜਾਂਦਾ ਇੱਥੋਂ ਆ ਮਿਲ ਜੇ ਤੇ ਉੱਥੋਂ ਆ ਮਿਲ ਜੇ ਦਰ ਦਰ ਤੇ ਮੱਥੇ ਰਗੜਾਈ ਜਾਂਦਾ ਮਾਂ ਬਾਪ ਨੂੰ ਪੂਰਾ ਪਛਾਣਦਾ ਨਹੀਂ ਤੇ ਤੇਲ ਪਖੰਡੀਆਂ ਦੇ ਗੋਡਿਆਂ ਨੂੰ ਲਾਈ ਜਾਂਦਾ ਉਹ ਘੰਟੀ ਅੰਦਰ ਦੀ ਕਦੇ ਖੜਕਾ ਬੰਦਿਆ ਉਹ ਟੱਲ ਮੰਦਰਾਂ ਦੇ ਨਿੱਤ ਖੜਕਾਈ ਜਾਂਦਾ ਘੰਟੀ ਅੰਦਰ ਦੀ ਕਦੇ ਖੜਕਾ ਆ ਗਿਆ ਸੌਦਾ ਨੋਟ ਆ ਬਾਬੇ ਖੜੀ ਬਾਬਾ ਖੜੇ ਹੁਣ ਇਹ ਜੇ ਬਾਈ ਵਿੱਚ ਆਉਂਦੇ ਆ ਸੌਦਾ ਨੋਟ ਤੇ ਨਾਲ ਮੱਥਾ ਟੇਕ ਕੇ ਜਾਂਦੇ ਆ ਅੰਦਰ ਅੰਦਰ ਹੀ ਤਾਂ ਬਹੁਤ ਵਧੀਆ ਲੱਗਦਾ ਪਰ ਪਤਾ ਹੈ ਕਿ ਪੱਲੇ ਕੱਖ ਨਹੀਂ ਮੱਥੇ ਟਿਕਾਊਂਗਾ ਤਾਂ ਉੱਥੇ ਬਹੁਤ ਪੈਣੀ ਆ ਫਿਰ ਅੱਜ ਦੇ ਸਮੇਂ ਚ ਬਸ ਇਹ ਵਧੀਆ ਹੈ ਲਾਡੀ ਨੂੰ ਮੈਂ ਤਾਂ ਕਹਿੰਦਾ ਹੁੰਦਾ ਮੈਂ ਕਿਹਾ ਜੇ ਗਾਉਣ ਗੂਣ ਵਾਲਾ ਕੰਮ ਖੜ ਗਿਆ ਤਾਂ ਕੋਈ ਨੀ ਕਿਤੇ ਡੇਰਾ ਪਾ ਕੇ ਬਹਿ ਜਾਂਗੇ ਲੋਕ ਮੱਥਾ ਮੁੱਥਾ ਟੇਕਣਾ ਜਾ ਕਰਨਗੇ ਹੁਣ ਵਧੀਆ ਕੰਮ ਚੱਲਿਆ ਸੂਤ ਹੈ ਕਈਆਂ ਨੂੰ ਬਾਬਾ ਲੱਗਦਾ ਹੈ ਕਈਆਂ ਨੂੰ ਡਰਾਮਾ ਲੱਗਦਾ ਹੈ ਕਈਆਂ ਨੂੰ ਕੁਛ ਲੱਗਦਾ ਕਈਆਂ ਨੂੰ ਮੂੰਹ ਥੋੜਾ ਫੜਾਉਣੇ ਆ ਆ ਗਿਆ ਦੋ ਸੌ ਆ ਪਹਿਲਾਂ ਤੂੰ ਰੱਖ ਲਾ ਤੇ ਵੀਹ ਮਿੰਟ ਦੇ ਦੇ ਵੱਜਦਾ ਜਨਾ ਤੂੰ ਸੁਣੇ ਪਾਰ ਜੋਗੀ ਆਵੇ ਤੂੰ ਵੱਜਦਾ
ਪੈਰਾਂ ਦੇ ਵਿੱਚ ਬੰਨ ਲੈ ਘੁੰਗਰੂ ਤੇ ਕੰਨੀ ਮੁੰਦਰਾ ਪਾਈਆਂ ਤੇਰਾ ਇਸ਼ਕ ਨਚਾਉਂਦਾ ਐ ਵੇ ਮੈਂ ਤਾਂ ਨੱਚਦੀਆਂ ਸਾਈਆਂ ترى عشق 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 ترى عشق
वाहेगुरु जी का खालसा वाहेगुरु जी की फतेह।